ਸ੍ਰੀਕਾਲ ਦੋਸਤੋ, ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ। ਜਿਵੇਂ ਕਿ ਅਜੀਤ ਵੈਬ ਟੀਵੀ ਹਰ ਪਲ ਪਲ ਦੀ ਖਬਰ ਦੇਣ ਲਈ ਹਰ ਵੇਲੇ ਤਤਪਰ ਰਹਿੰਦਾ ਹੈ ਤੇ ਅਸੀਂ ਅੱਜ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਤੋਂ ਦੇ ਵਿਧਾਨ ਸਭਾ ਹਲਕਾ ਦਿਨਨਗਰ ਤੋਂ ਖਬਰ ਲੈ ਕੇ ਹਾਜ਼ਰ ਹੋਏ। ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਵਾਤਾਵਰਨ ਪ੍ਰੇਮੀਆਂ ਵੱਲੋਂ ਜੋ ਲੰਬੇ ਸਮੇਂ ਤੋਂ ਜੋ ਪਾਣੀ ਦਾ ਪੱਧਰ ਦਿਨ ਬ ਦਿਨ ਹੇਠਾਂ ਜਾ ਰਿਹਾ ਹੈ, ਉਸ ਨੂੰ ਲੈ ਕੇ ਦੁਆਈ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਹੀ ਜੋ ਲੰਘੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਵੀ ਸਟੇਜਾਂ ਦੇ ਉੱਤੋਂ ਇਹ ਚੀਜ਼ਾਂ ਨੂੰ ਜੋ ਬੜਾ ਜ਼ੋਰ ਸ਼ੋਰ ਨਾਲ ਬੇਸ਼ੱਕ ਪ੍ਰਚਾਰਿਆ ਤਾਂ ਜਾ ਰਿਹਾ ਸੀ, ਪਰ ਇਸ ਦੀ ਰੋਕਥਾਮ ਲਈ ਜੇ ਕੋਈ ਕਿਸੇ ਸਰਕਾਰ ਨੇ ਪਹਿਲਕਦਮੀ ਕੀਤੀ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਨਵੀਂ ਆਈ ਸਰਕਾਰ ਵੱਲੋਂ ਇਹ ਪਹਿਲਕਦਮੀ ਕਰਦਿਆਂ ਹੋਇਆਂ ਜੋ ਉਪਰਾਲਾ ਵਿੱਢਿਆ ਮਹਿਮ ਵਿੱਢੀ ਗਈ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਜਿੱਥੇ ਜ਼ਿਲ੍ਹਾ ਪੱਧਰ 'ਤੇ ਡੀਸੀ ਲੈਵਲ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ, ਆਦੇਸ਼ ਜਾਰੀ ਕੀਤੇ ਗਏ ਨੇ, ਉੱਥੇ ਹੀ MLA ਜਾਂ ਹਲਕਾ ਵਿਧਾਇਕ ਨੇ ਜੋ ਜਾਂ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਜੋ ਬਾਖੂਬੀ ਇਹ ਜੋ ਨਿਰੰਤਰ ਪ੍ਰਕਿਰਿਆ ਨਿਭਾਈ ਜਾ ਰਹੀ ਹੈ ਅਤੇ ਅਸੀਂ ਅੱਜ ਵਿਧਾਨ ਸਭਾ ਹਲਕਾ ਦੀਨਨਗਰ ਦੇ ਹਲਕਾ ਇੰਚਾਰਜ ਅਤੇ ਇੱਥੋਂ ਦੇ ਸੀਨੀਅਰ ਜੋ ਆਪ ਆਗੂ ਨੇ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ। ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਮੌਜੂਦ ਨੇ ਅਤੇ ਟਰੈਕਟਰ ਦੇ ਉੱਪਰ ਚੜ੍ਹ ਕੇ ਜੋ ਵੱਖੋ ਵੱਖ ਪਿੰਡਾਂ 'ਚ ਜੋ ਸਰਦਾਰ ਸ਼ਮਸ਼ੇਰ ਸਿੰਘ ਖੁਦ ਟਰੈਕਟਰ ਚਲਾ ਕੇ ਜੋ ਝੋਨੇ ਦੀ ਸਿੱਧੀ ਬਿਜਾਈ ਲਈ ਜੋ ਲੋਕਾਂ ਨੂੰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ, ਤੁਸੀਂ ਦੂਰ ਤੱਕ ਅਜੀਤ ਵੈਬ ਟੀਵੀ ਦੇ ਕੈਮਰੇ ਰਾਹੀਂ ਤਸਵੀਰਾਂ ਕੈਦ ਹੁੰਦੀਆਂ ਦੇਖ ਸਕਦੇ ਹੋ ਕਿ ਜੋ ਵੱਤਰ ਆਈ ਪੈਲੀ ਹੈ, ਵੱਤਰ ਆਈ ਵਾਲੀ ਪੈਲੀ ਪੂਰੀ ਤਰ੍ਹਾਂ ਤਿਆਰ ਕੀਤੀ ਗਈ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਅਜੀਤ ਦੇ ਨਾਲ ਗੱਲਬਾਤ ਲਈ ਸਾਡੇ ਵੀ ਮੌਜੂਦ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ, ਕਿਸਾਨਾਂ ਨੂੰ। ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਸਰਦਾਰ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਇਹ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ, ਉਸ ਦੇ ਅੱਜ ਪੜਾਅ ਵਜੋਂ ਅਸੀਂ ਪਿੰਡ ਗੁੰਜੀਆਂ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਔਰ ਗੁੰਜੀਆਂ ਦੇ ਵਿੱਚ ਅੱਜ ਸਿੱਧੀ ਬਿਜਾਈ ਜਿਹੜੀ ਆ ਕਿਸਾਨਾਂ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਸਾਡੇ ਨਾਲ ਸਰਦਾਰ ਬਲਵੀਰ ਸਿੰਘ ਇੱਥੇ ਮੌਜੂਦ ਨੇ, ਜਿਨ੍ਹਾਂ ਦੇ ਖੇਤ ਵਿੱਚ ਅੱਜ ਸਿੱਧੀ ਬਿਜਾਈ ਜਿਹੜੀ ਹੈ ਉਹ ਕਰਨੀ ਹੈ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਿਹੜਾ ਜ਼ਮੀਨ ਦਾ ਪਾਣੀ ਦਾ ਲੈਵਲ ਹੈ ਇਹ ਬਹੁਤ ਡੂੰਘਾ ਜਾ ਚੁੱਕਾ ਔਰ ਕੁਝ ਲੱਗਦਾ ਹੈ ਕਿ ਕੁਝ ਦੇਰ ਬਾਅਦ ਕੁਝ ਸਾਲਾਂ ਦੇ ਵਿੱਚ ਜਿਹੜੀ ਸਾਡੀ ਧਰਤੀ ਆ ਬੰਜਰ ਹੋਣ ਜਾ ਰਹੀ ਹੈ। ਸੋ ਇਸ ਨੂੰ ਰੋਕਣ ਦੇ ਵਾਸਤੇ ਜੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਮਾਨ ਜੀ ਦਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਦਾ ਜੋ ਉਪਰਾਲਾ ਹੈ ਬਹੁਤ ਵੱਡਾ ਇੱਕ ਉਪਰਾਲਾ ਹੈ, ਜਿਸ ਤਰ੍ਹਾਂ ਹੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਤੁਸੀਂ ਸਾਰੀ ਡਾਇਰੈਕਟ ਸਿੱਧੀ ਬਿਜਾਈ ਕਰੋ, ਉਹਦੇ ਨਾਲ ਕਿਸਾਨਾਂ ਨੂੰ 1500 ਰੁਪਈਆ ਵੀ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਵੀ ਕਾਫੀ ਖਰਚਾ ਜਿਹੜਾ ਹੈ ਉਹਦੀ ਲੇਬਰ ਵੱਧ ਜਾਂਦੀ ਹੈ, ਉਹਦੀ ਪੈਸਟੀਸਾਈਡਸ ਵੱਧ ਜਾਂਦੇ ਨੇ ਔਰ ਮੈਂ ਦੇਖਣ ਦੇ ਵਿੱਚ ਕਾਫੀ ਡਿਸਕਸ ਕੀਤਾ ਆਪਣੇ ਹਲਕੇ ਦੇ ਵਿੱਚ ਕਿਸਾਨਾਂ ਨਾਲ ਕਿ ਸਿੱਧੀ ਬਿਜਾਈ ਕਰਨ ਨਾਲ ਝਾੜ ਜਿਹੜਾ ਹੈ ਉਹ ਵੱਧਦਾ, ਘਟਦਾ ਨਹੀਂ ਹੈ। ਸੋ ਜਿਨ੍ਹਾਂ ਕਿਸਾਨਾਂ ਦੇ ਦਿਲ ਵਿੱਚ ਇਹ ਭਰਮ ਹੈ ਕਿ ਝੋਨਾ ਜਿਹੜਾ ਝਾੜ ਘਟਦਾ ਹੈ, ਇਹ ਬਿਲਕੁਲ ਨਹੀਂ, ਇਸ ਤਰ੍ਹਾਂ ਨਹੀਂ ਹੈ। ਸਿੱਧੀ ਬਿਜਾਈ ਕਰਨ ਝੋਨੇ ਦਾ ਝਾੜ ਜਿਹੜਾ ਉਹ ਵੱਧ ਨਿਕਲਦਾ, ਜਿਹੜਾ ਕਿਸਾਨਾਂ ਨੇ ਲਾਹੇਵੰਦ ਹੈ। ਇਸ ਦੇ ਨਾਲ ਇਹ ਤਾਂ ਗੱਲ ਰਹੀ ਝਾੜ ਦੀ, ਇਸ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਪਾਣੀ ਦੀ ਬੱਚਤ ਹੁੰਦੀ ਹੈ ਔਰ ਲੇਬਰ ਦੀ ਬੱਚਤ ਹੁੰਦੀ ਹੈ। ਸੋ ਇਸ ਕਰਕੇ ਮੇਰੀ ਸਾਰੇ ਹਲਕੇ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਸਰਦਾਰ ਬਲਵੀਰ ਸਿੰਘ ਨੇ ਇਸ ਹਲਕੇ ਦੇ ਵਿੱਚ ਪਹਿਲ ਕੀਤੀ ਹੈ, ਇਸੇ ਤਰ੍ਹਾਂ ਕਿਉਂਕਿ ਅਸੀਂ ਕਾਫੀ ਪਿੰਡਾਂ ਦੇ ਵਿੱਚ ਸ਼ੁਰੂ ਕਰਵਾ ਸਕੇ ਹਾਂ। ਸੋ ਅੱਜ ਮਤਲਬ ਪਿੰਡ ਗੁੰਜੀਆਂ ਦੇ ਵਿੱਚ ਅੱਜ ਇਹ ਵਾਰੀ ਸੀ। ਸੋ ਮੈਂ ਸਾਰੇ ਕਿਸਾਨਾਂ ਨੂੰ ਦੁਬਾਰਾ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਜਿੰਨੇ ਵੀ ਸਮਾਂ ਹੁਣ ਜਾ ਰਹੇ ਆ ਆਪਣੇ ਖੇਤਾਂ ਦੀ ਤਿਆਰੀ ਕਰਨ ਔਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਿਹੜੀ ਆ ਉਹ ਤਿਆਰ ਰਹਿਣ ਜੀ। ਸੋ ਸਾਡੇ ਨਾਲ ਹੋਰ ਕਿਸਾਨ ਮੌਜੂਦ ਨੇ ਇਸ ਇਲਾਕੇ ਤੋਂ, ਜਿਵੇਂ ਪਿੰਡ ਸੈਦੋਵਾਲ ਤੋਂ ਗੁਰਨਾਮ ਸਿੰਘ ਜੀ ਨੇ। ਕੀ ਗੁਰਨਾਮ ਸਿੰਘ ਜੀ, ਤੁਸੀਂ ਦੱਸ ਸਕਦੇ ਜਿਹੜੀ ਸਿੱਧੀ ਬਿਜਾਈ ਹੈ ਅਤੇ ਦੂਸਰੀ ਬਿਜਾਈ ਆ, ਉਹਦਾ ਕਿੰਨਾ ਕੁ ਫਰਕ ਪੈਂਦਾ ਖਰਚੇ ਦਾ ਕਿਸਾਨਾਂ ਨੂੰ? ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਜਿਹੜੀ ਇਹ ਸਰਕਾਰ ਨੇ ਉਪਰਾਲਾ ਕੀਤਾ ਇਹ ਬਹੁਤ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ, ਪਰ ਜਿਹੜੀਆਂ ਸਮੇਂ ਸਮੇਂ ਦੀ ਸਰਕਾਰਾਂ ਨੇ ਰੌਲੀ ਜ਼ਿਆਦਾ ਪਾਈ ਅਤੇ ਕੰਮ ਘੱਟ ਕੀਤਾ। ਮੈਂ ਵਧਾਈ ਦੇਣੀ ਚਾਹੁੰਦਾ ਵਾਂ ਸ਼ਮਸ਼ੇਰ ਸਿੰਘ ਜੀ ਨੂੰ, ਹਲਕਾ ਇੰਚਾਰਜ ਦੀਨਾਨਗਰ ਜੀ ਨੂੰ ਜਿਹੜੇ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਪਹੁੰਚੇ ਆ, ਉਹਨਾਂ ਦਾ ਮੋਸਟ ਵੈਲਕਮ ਕਰਦਾ।
ਤੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਧਾਈ ਦੇਣੀ ਚਾਹੁੰਦਾ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਨ੍ਹਾਂ ਨੇ ਕਿਹਾ ਸੋ ਕੀਤਾ। ਅੱਜ ਜਿੱਥੇ ਇਹ ਬਿਜਾਈ ਦਾ ਵਧੀਆ ਉਪਰਾਲਾ ਕਰ ਰਹੇ ਨੇ ਔਰ ਕਿਸਾਨਾਂ ਨੂੰ ਇਹ ਆਉਣ ਵਾਲੇ ਸਮੇਂ 'ਚ ਲਾਹੇਵੰਦ ਇਹ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਦਾ ਫਾਇਦਾ ਵੀ ਹੋਵੇਗਾ ਉੱਥੇ ਪੰਜਾਬ ਦੀ ਕਿਸਾਨੀ ਦਾ ਔਰ ਖਾਸ ਕਰਕੇ ਜਿਹੜਾ ਪਾਣੀ ਦਾ ਲੈਵਲ ਬਹੁਤ ਨੀਵੇਂ ਪੱਧਰ 'ਤੇ ਜਾ ਰਿਹਾ ਵਾ ਉਹਦੀ ਸੱਚੀ ਜੇ ਅਗਵਾਈ ਜਾਂ ਸੱਚ 'ਤੇ ਪਹਿਰਾ ਦਿੱਤਾ ਤਾਂ ਉਹ ਮੈਂ ਸਮਝਦਾ ਕਿ ਆਮ ਆਦਮੀ ਜਿਹੜੀ ਪਾਰਟੀ ਸਰਕਾਰ ਬਣੀ ਆ ਇਹਨੇ ਦਿੱਤਾ। ਸੋ ਮੈਂ ਸਾਰੀ ਆਮ ਪਾਰਟੀ ਦੀ ਸਰਕਾਰ ਨੂੰ ਵਧਾਈ ਦੇਣੀ ਚਾਹੁੰਦਾ ਜਿਨ੍ਹਾਂ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਵਾ ਅਤੇ ਕਿਸਾਨਾਂ ਦੇ ਪ੍ਰਤੀ ਜੇ ਸੱਚੀ ਸੋਚ ਬਣਾਈ ਹੈ ਤਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਬਣਾਈ ਆ ਅਤੇ ਅੱਜ ਸਾਰੇ ਦਫ਼ਤਰਾਂ 'ਚ ਜਿੱਥੇ ਮਰਜ਼ੀ ਹੈ ਕਿਸਾਨਾਂ ਦੇ ਲਈ ਵਧੀਆ ਕੰਮ ਹੋ ਰਿਹਾ ਮਜ਼ਦੂਰਾਂ ਵਾਸਤੇ ਅਤੇ ਆਮ ਵਪਾਰੀਆਂ ਵਾਸਤੇ। ਸੋ ਮੈਂ ਬਹੁਤਾ ਕੁਝ ਕਹਿੰਦਾ ਨਾ ਆ ਧੰਨਵਾਦ। ਸੋ ਸਾਨੂੰ ਕਿਸਾਨਾਂ ਨੇ ਦੱਸਿਆ ਕਿ ਜਿਵੇਂ ਫਰਕ ਦੱਸਿਆ ਸਿੱਧੀ ਬਿਜਾਈ ਦਾ ਅਤੇ ਦੂਸਰੀ ਬਿਜਾਈ ਦਾ, ਜਿਵੇਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਸਿੱਧੀ ਬਿਜਾਈ ਹੈ ਅਤੇ ਪਾਣੀ ਦੀ ਲਾਗਤ ਜਿਹੜੀ ਆਮ ਫਸਲਾਂ ਵਾਂਗੂ ਹੀ ਹੁੰਦੀ ਹੈ, ਪਰ ਜਿਹੜੀ ਜੋ ਰਵਾਇਤੀ ਬਿਜਾਈ ਹੈ ਜਿਵੇਂ ਦੂਸਰੀ ਕੱਦੂ ਕਰਕੇ ਕਿਸਾਨਾਂ ਵੱਲੋਂ ਬਿਜਾਈ ਕੀਤੀ ਜਾਂਦੀ ਹੈ, ਝੋਨਾ ਲਾਇਆ ਜਾਂਦਾ ਹੈ ਅਤੇ ਉਹ 'ਤੇ ਨਿਰੰਤਰ 3 ਤੋਂ 4 ਮਹੀਨੇ ਦੇ ਕਰੀਬ ਹੈ ਜੋ ਲਗਾਤਾਰ ਜੋ ਹੈ ਪਾਣੀ ਦੀ ਸਿੰਚਾਈ ਕਿਸਾਨਾਂ ਨੂੰ ਕਰਨੀ ਪੈਂਦੀ ਹੈ ਅਤੇ ਉੱਥੇ ਪਾਣੀ ਦਾ ਪੱਧਰ ਹੈ ਜਿਹੜਾ ਉਹ ਦਿਨੋਂ ਦਿਨ ਘਟਣ ਦੀ ਚਿੰਤਾ ਵੀ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ। ਸੋ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਦਾ ਇਹ ਵੀ ਭੁਲੇਖਾ ਕੱਢਿਆ ਕਿ ਜੋ ਕਿਸਾਨਾਂ ਨੂੰ ਭੁਲੇਖਾ ਹੈ ਕਿ ਇਸ ਦਾ ਝਾੜ ਘੱਟ ਜਾਵੇਗਾ, ਪਰ ਉਹਨਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸਿੱਧੀ ਬਿਜਾਈ ਕਰਦੇ ਆ ਰਹੇ ਨੇ ਉਹਨਾਂ ਦਾ ਖਰਚਾ ਜੋ ਲਾਗਤ ਹੈ ਕਰੀਬ 10 ਤੋਂ 15 ਹਜ਼ਾਰ ਦਾ ਖਰਚਾ ਜਿਹੜਾ ਉਹਦੀ ਬੱਚਤ ਹੁੰਦੀ ਹੈ ਅਤੇ ਉੱਧਰ ਪੰਜਾਬ ਸਰਕਾਰ ਨੇ ਵੀ ਪ੍ਰਤੀ ਏਕੜ 'ਤੇ 1500 ਰੁਪਈਆ ਜੋ ਕਿਸਾਨਾਂ ਨੂੰ ਇਹਦਾ ਜੋ ਖਰਚਾ ਦੇਣ ਦਾ ਵੀ ਬਿਜਾਈ ਦਾ ਜੋ ਉਹ ਵੀ ਹੁਕਮ ਜਾਰੀ ਕੀਤੇ ਨੇ ਦਿੱਤੇ ਜਾ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜੋ ਇਹ ਪ੍ਰਕਿਰਿਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਗਈ ਹੈ ਇਸ ਨਾਲ ਕਿਸਾਨਾਂ ਦੇ ਵਿੱਚ ਸਿੱਧੀ ਬਿਜਾਈ ਦਾ ਕਿੰਨਾ ਕੁ ਰੁਝਾਨ ਵੱਧਦਾ ਹੈ, ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ, ਅਜੀਤ ਵੈਬ ਟੀਵੀ, ਗੁਰਦਾਸਪੁਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।